ਪੂਰੇ ਜੱਗ ਵਿੱਚ ਵਸੇ ਪੰਜਾਬੀ ਪਿਆਰਿਓ ਇਹ ਸ਼ਾਨਦਾਰ ਬਾਜਵਾ ਇੱਕ ਨਵੇਂ ਜੱਟ ਕਬੀਲੇ ਦਾ ਹਵਾਲ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਸलाम ਕਬੂਲ ਕਰੋ ਜਿਉਂਦੇ ਵਸੇ ਰਹੋ ਖੁਸ਼ ਰਹੋ ਅੱਜ ਅਸੀਂ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹ ਉਪਲ ਜੱਟ ਕਬੀਲੇ ਦੇ ਬਾਰੇ 'ਚ ਉਪਲ ਜੱਟ ਕਬੀਲਾ ਹਜ਼ਾਰਾਂ ਸਾਲ ਪੁਰਾਣਾ ਜੱਟਾਂ ਦਾ ਕਬੀਲਾ ਹੈ ਉਪਲ ਛਰੋਆ ਦਾ ਪੋਤਰਾ ਤੇ ਸੂਦਰ ਕਸ ਦਾ ਪੁੱਤਰ ਸੀ ਇਹ ਪੂਰੇ ਹਿੰਦ ਸਿੰਧ ਵਿੱਚ ਫਸਰਿਆ ਹੋਇਆ ਕਬੀਲਾ ਹੈ ਅਤੇ ਜੱਟ ਦੇਸ਼ ਦਾ ਨਾਮੀ ਗ੍ਰਾਮੀ ਕਬੀਲਾ ਗਿਣਿਆ ਜਾਂਦਾ ਹੈ ਇਹ ਸਾਰਾ ਨਤਾਰਾ ਅਸੀਂ ਉਪਲ ਜੱਟ ਕਬੀਲੇ ਦਾ ਕੁਰਸੀਨਾਮਾ ਬਿਆਨ ਕਰਨ ਲੱਗੇ ਆ ਤੁਹਾਡੇ ਨਾਲ ਕਰਾਂਗੇ ਹੁਣ ਅਸੀਂ ਵੇਖਦੇ ਹਾਂ ਵੀ ਉਪਲ ਜੱਟ ਕਬੀਲੇ ਬਾਰੇ ਹੋਰ ਤਾਰੀਖੀ ਤਜ਼ਕੀਆਂ ਵਿੱਚ ਕਿੱਥੇ ਕਿੱਥੇ ਦੇ ਕਿਸਰਾਂ ਕਿਸਰਾਂ ਜ਼ਿਕਰ ਬਿਆਨ ਮਿਲਦਾ ਹੈ ਜਾਰਸ ਦਾ ਐਂਸ਼ੀਅੰਟ ਰੂਲਰਜ਼ ਵਿੱਚ ਬੀਐਸ ਦਾਈਆ ਨੇ ਉਪਲਜਾਟ ਕਬੀਲੇ ਬਾਰੇ ਦੱਸਿਆ ਭਈ ਇਹਨਾਂ ਦੀ ਸੰਝਾਨ ਤਰੀਖ ਵਿੱਚ ਅਤੇ ਖਾਸ ਕਰਕੇ ਕਸ਼ਮੀਰੀ ਅਦਬ ਵਿੱਚ ਅਪਤਾਲ ਕੋਮ ਨਾਮ ਦੇ ਨਾਲ ਹੁੰਦੀ ਹੈ ਗਲਾਸਰੀਆ ਟ੍ਰਾਈਬਸ ਐਂਡ ਕਾਸਟਸ ਵਿੱਚ ਉਪਲਜਾਟ ਕਬੀਲੇ ਬਾਰੇ ਜਾਣਕਾਰੀ ਮਿਲਦੀ ਹੈ ਕਿ ਮਿੰਟਕੁੰਮਰੀ ਤੇ ਅੰਮ੍ਰਿਤਸਰ ਵਿੱਚ ਰਹਿਣ ਵਾਲਾ ਇੱਕ ਵਾਹੀਵਾਨ ਹਿੰਦੂ ਜੱਟ ਕਬੀਲਚਾ ਯਾਨੀ ਨਿੱਕਾ ਕਬੀਲਾ ਇਹ ਲੋਕ ਲੁਧਿਆਣਾ ਵਿੱਚ ਵੀ ਆਉਂਦੇ ਤੇ ਵਿਆਹ ਵੇਲੇ ਇਸ ਕਬੀਲੇ ਦਾ ਲਾੜਾ ਜੰਡ ਦੀ ਢਾਲੀ ਵੱਡਦਾ ਉਪਲ ਆਪਣੇ ਜਠੇਰੇ ਦੀ ਪੂਜਾ ਕਰਦੇ ਨੇ ਤੇ ਬ੍ਰਾਹਮਣਾਂ ਨੂੰ ਖਰਾਤ ਵਿੱਚ ਸਵਾ ਪੰਜ ਸੇਰ ਦਾ ਰੋਟ ਦਿੰਦੇ ਨੇ ਜਾਂ ਝੌਲ ਦਿੰਦੇ ਨੇ ਹਫਜ਼ਾਬਾਦ ਤੋਂ ਮੁਹੰਮਦ ਇਮਰਾਨ ਉਪਲ ਉਹ ਆਪਣੇ ਕਬੀਲੇ ਬਾਰੇ ਜਾਣਕਾਰੀ ਦਿੰਦੇ ਆ ਦੱਸਿਆ ਵੀ ਉਪਲ ਜੱਟ ਕਬੀਲਾ ਹਫਜ਼ਾਬਾਦ ਵਿੱਚ ਸੂਈਆ ਵਾਲਾ ਛੱਠਾ ਹਜ਼ਰਤ ਖੇਲੇਆ ਵਾਲਾ ਅਲੀਪੁਰ ਛੱਠਾ ਸ਼ਹਿਰ ਸੂਲ ਨਗਰ ਗੁਜਰਾਲਾ ਗੁਜਰਾਤ ਗੁਜਰਖਾਨ ਜੇਲ੍ਹ ਮੀਰਪੁਰ ਮੁਜ਼ਫਰਾਬਾਦ ਲਾਲਾ ਮੂਸਾ ਵਜ਼ੀరాబాద్ ਲਾਹੌਰ ਵਿੱਚ ਤੇ ਹੋਰ ਇਲਾਕਿਆਂ ਵਿੱਚ ਵਸਿਆ ਹੋਇਆ ਹੈ ਵਿਕੀਪੀਡੀਆ ਤੋਂ ਮਿਲੀ ਜਾਣਕਾਰੀ ਮੁਦੇਬ ਉਪਲ ਜਿਹੜਾ ਇਹ ਹਿੰਦੁਸਤਾਨ ਵਿੱਚ ਸੰਗਰੂਰ ਦੇ ਜ਼ਿਲ੍ਹੇ ਅੰਦਰ ਇਸੇ ਗੋਤ ਦੇ ਜੱਟਾਂ ਦਾ ਪਿੰਡ ਖੈਰੀ ਉਪਲ ਖੈਰੀ ਨਾਂ ਦਾ ਪਿੰਡੇ ਗਰਦਾਸਪੁਰ ਵਿੱਚ ਵੀ ਉਪਲ ਨਾਂ ਦਾ ਇੱਕ ਪਿੰਡੇ ਉਪਲ ਜੱਟ Hindu Muslim Sikh ਧਰਮਾਂ ਵਿੱਚ ਮੌਜੂਦ ਨੇ ਇਹ ਲੋਕ ਬੜੇ ਬਹਾਦਰ ਲੜਾਕੇ ਤੇ ਨਾਮਸ਼ਾਨ ਵਾਲੇ ਲੋਕ ਨੇ ਤਹਿਸੀਲ ਦਸਗਾਵੇ ਤੇ ਧੀਆ ਵਾਲੀ ਵਿੱਚ ਵੀ ਉਪਲ ਜੱਟ ਢੇਰ ਗਿਣਤੀ ਵਿੱਚ ਹੋਏ ਨੇ ਅਤੇ ਉਸੇ ਪਿੰਡ ਦੇ ਬੂਟਾ ਸਿੰਘ ਮੁਸਲਮਾਨ ਹੋਣ ਮਗਰੋਂ ਅਬਦੁੱਲਾਹ ਸਿੰਧੀ ਦੇ ਨਾਮ ਨਾਲ ਪੂਰੀ ਦੁਨੀਆ ਦੇ ਵਿੱਚ ਜਾਣੇ ਗਏ ਜਿਨ੍ਹਾਂ ਨੇ ਰੇਸ਼ਮੀ ਰਮਾਲ ਦੀ ਤਾਰੀਖ ਦੇ ਜਿਹੜੇ ਆਗੂ ਬਣੇ ਤੇ ਉਹਨਾਂ ਚੰਗੀ ਨਾਮ ਦਾ ਖੱਟੀ ਉਹਨਾਂ ਦਾ ਬਾਜ਼ਾਰ ਜਿਹੜਾ ਹੈ ਇਹ ਖਾਨਪੁਰ ਕਟੋਰੇ ਦੇ ਵਿੱਚ ਹੈ ਹੁਣ ਅਸੀਂ ਉਪਲਜੜ ਕਬੀਲੇ ਦਾ ਉਹ ਕੁਰਸੀਨਾਮਾ ਤੁਹਾਡੇ ਨਾਲ ਸਾਜਾ ਕਰਦੇ ਆਂ ਜੇ ਸਾਡੇ ਸਿੰਧੀ ਭਰਾ ਆ ਰਹੀਆ ਡਾਕਟਰ ਲਾਲਬਖਸ਼ ਨਾਇਕ ਮੱਲੀ जाटੋਨਾ ਮੀਨਪੁਰ ਮਾ ਥੇਲਾ ਸਿੱਧ ਤੋਂ ਸਾਡੇ ਨਾਲ ਸਾਜਾ ਕੀਤਾ ਉਸ ਕੁਰਸੀਨਾਮੇ ਮੁਤਾਬਕ حضرت ਆਦਮ ਅਲੈਹਿਸਲਾਮ ਹੋਰਾਂ ਤੋਂ ਚੋਖਾ ਗੇਰੇ ਪੁੱਜ ਕੇ ਦਾ ਹੁੰਦਾ ਹੈ حضرت ਨੂਹ ਅਲੈਹਿਸਲਾਮ ਹੋਰਾਂ ਦੇ ਜਿੰਨਾਂ ਨੂੰ ਮੰਨੂ ਦੂਸਰਾ ਆખ્યા ਗਿਆ ਹਿੰਦੀ ਦੇ ਵਿੱਚ ਅੱਗੋਂ حضرت ਨੂਹ ਅਲੈਹਿਸਲਾਮ ਹੋਰਾਂ ਦੇ ਪੁੱਤਰ ਹੋਏ ਸਾਮ ਹਬਤ ਯਾਫਸ ਤੇ ਕਨਾਨ ਦੇ ਯਰ ਯਰਨ ਹਰ ਹਰ ਤੇ ਅਜਬ ਇਹਨਾਂ ਜੋ ਕਨਾਨ ਤੋਂ ਲੈ ਕੇ ਅਜਬ ਤਿਕਰ ਚਾਰੇ ਜਿਹੜੇ ਨੇ ਇਹਨਾਂ ਦੀ ਮਾਂ ਦਾਦਾ ਸੀ ਵਾਇਲਾ ਔਰ ਇਹ ਜਿਹੜੇ ਪੱਜੇ ਬਾਪੁੱਤਰ ਸੜ ਇਹ ਹਜ਼ਰਤ ਨੂਹ ਲੈ ਸਲਾਬ ਦੇ ਇਹ ਗੁਸਤਾਖ ਹੋਣ ਪਰ ਉਹ ਤੂਫਾਨ ਦੇ ਨੂਹ ਦੇ ਵਿੱਚ ਗਰਕ ਹੋ ਗਏ ਬਾਕੀ ਤੇਨ ਭਰਾ ਰਹਿ ਗਏ ਕਿ ਅਗੋ ਸਾਬ ਦੀ ਜਿਹੜੀ نسل ਹੈ ਉਹ ਸਾਬੀ ਸਦਾਈ ਤੇ ਓਸ਼ੀਆ ਵਿੱਚ ਵਸ ਗਈ ਹਾਬ ਦੀ نسل ਜਿਹੜੀ ਆਫਰੀਕਾ ਦੇ ਵਿੱਚ ਜਾਵਦੀ ਤੇ ਯਾਫਜ਼ ਜਿਹੜਾ ਸੀ ਉਹਦੀ نسل ਤੁਰਕੀ ਚੀਨ ਤੇ ਯੂਰਪ ਜੇ ਜਾਵਦੀ ਅਗੋਂ ਸਾਦ ਦੇ ਪੁੱਤਰ ਹੋਏ ਜੀ ਅਰਫਕਾ ਸਿੱਧ ਤੇ ਈਸ਼ਵਰ ਅਰਫਕਾ ਸਿੱਧ ਦਾ ਦੂਜਾ ਦਾ ਸਿੱਧ ਸੀ ਈਸ਼ਵਰ ਦਾ ਦੂਜਾ ਦਾ ਹੀਦ ਸੀ ਆਰਾਬ ਅਸਵਰ ਜਿਹਦਾ ਦਾ ਫਾਰਸ ਵੀ ਸੀ ਲੂਦ ਇਹਦਾ ਦੂਜਾ ਦਾ ਰੂਪ ਵੀ ਸੀ ਬਲਕਾਦ ਸਬਾਦ ਕਦਆਦ ਕੀਕਾਦ ਤੇ ਲਾਬਰ ਇਹ ਸਾਰੇ ਜੀ ਇਹਦੇ ਪੁੱਤਰ ਹੋਏ ਜੀ ਸਾਬ ਦੀ ਮਤਲਬ ਇਹ ਸਾਬ ਦੇ ਅਗੋਂ ਫਿਰ ਸਾਬ ਦਾ ਪੁੱਤਰ ਜੇ ਇਹ ਜਿਹੜੇ ਦੇ ਬਲਕਾਦ ਕਲਾ ਲਾਬਰ ਹੋਏ ਅਗੋਂ ਅਰਫਕਾ ਸਿੱਧ ਦੇ ਘਰ ਪੁੱਤਰ ਹੋਇਆ ਜੀ ਸਖਰ ਭਖਰ ਹੋਲ ਹਰਵੇਸ਼ ਅਬਰ ਡਾਗਰ ਜਿਹੜੇ ਡਾਗਰ ਸਾਰੇ ਇਹ ਗੈਰ ਆਰੀਆ ਦਸਨ ਸੀ ਜਲੂਦਰ ਜਾਸ਼ਰ ਇਹ ਇਸ ਇਹਦੀ ਦਸਲੋਂ ਸਬੂਤ ਜਿਹੜਾ ਹੋਇਆ ਆਹ ਤੇ ਸਬੂਤ ਜਿਹੜਾ ਕਰਾਂਚ ਕਿੱਸਾ ਉਹ ਜਾਸ਼ਰ ਦੀ ਦਸਲੋਂ ਗੁਜਰਾਤ ਗਾਰਾ ਜਿੱਦਾ ਜਿੱਦੇ ਦਾ ਤੇ ਡੱਪਾ ਪਿਆ ਟੈਕਸਲਾ ਖੱਡ ਜਿਹਦੇ ਦਾਤ ਸੁਆਬੀ ਪਿਆ ਆਰਾਬ ਤਾਮਲੀ ਤਾਵਲ ਕੋ ਜਿਹਦੇ ਤੋਂ ਬੜੀ ਤੇ ਮੂਲਾ ਜਿਹਦੇ ਦਾਤੋਂ ਬੁਲਤਾਨ ਪਿਆ ਕਸ਼ੇਪੁਰਾ ਵੀ ਇਹਦਾ ਦਾਤ ਸੀ ਬੀਜ਼ੂਰਾ ਇਹ ਮਕਰਾਂਦ ਦੂਜਾ ਦਾਤ ਬਾਕਾਦ ਸੀ ਕਰਮਾਂਦ ਹਦਵਾਦਰ ਕੀਕਾਦ ਖੁਜ਼ਦਾਰ ਸੀਸ ਜਿਹਦੇ ਤੋਂ ਸੀਸਤਾਨ ਦਾ ਇਲਾਕਾ ਪਿਆ ਅੱਗੋਂ ਫਿਰ ਮੂਲਾ ਦੇ ਪੁੱਤਰ ਹੋਏ ਜੀ ਸਰਵਾਈ ਤੇ ਈਰਵ ਅੱਗੋਂ ਫਿਰ ਇਰਮ ਦਾ ਪੁੱਤਰ ਹੋਇਆ ਉਸ ਉਸ ਦਾ ਪੁੱਤਰ ਫੇਰ ਇਰਮ ਇਰਮ ਦਾ ਪੁੱਤ ਪੁੱਤਰ ਹੋਇਆ ਆਦ ਇਹ ਮੋਹਨ ਦੀ ਕੌਮ ਸੀ ਜਿਹਦੇ ਮੋਹਨ ਜਾਂ ਧੜਾ ਜਿਹੜਾ ਵਸਾਇਆ ਅੱਗੋਂ ਆਦ ਦੇ ਪੁੱਤਰ ਹੋਏ ਜੀ ਜਨੂਦ ਸਹਰੇਬ ਸਹਰੇਬ ਦੀ ਦਸਲੋਂ ਦਬਰੂਦ ਬਾਦਸ਼ਾਹੀ ਦਸਲ ਜਿਹੜੀ ਹੈ ਟੁਰੀ ਤੇ ਪੱਤਰ ਕਾਹੂ ਜੁਕਰ ਢੀਜੀ ਅਰੋੜ ਦੁਹਾਗਾ ਰੋੜਕਾ ਟਾਕਾ ਸ਼ਦਾਦ ਸ਼ਦੀਦ ਬਾਲਾ ਬੇਹਰ ਜਿਹਦੇ ਦਾਤੋਂ ਬੇਹਰਗੜ ਬਲੋਚਿਸਤਾਨ 'ਚ ਵਸਿਆ ਤੇ ਸੁਹਾਗਾ ਅੱਗੋਂ ਜੀ ਜਨੂਦ ਦਾ ਪੁੱਤਰ ਹੋਇਆ ਬਾਅਦ ਤੇ ਬਾਅਦ ਦਾ ਹੋਇਆ ਵਿਸ਼ਨੂੰ ਵੇਸ ਵਿਸ਼ਨੂੰ ਵੇਸ ਦਾ حضرت ਹੂਦ ਲੈ ਸਲਾਮ ਇਹ ਰਸੂਲ ਵੀ ਹੋਏ ਦੇ ਇਹਨਾਂ ਨੂੰ ਹਿੰਦੀ ਦੇ ਵਿੱਚ ਗੋਰਖਾ ਕਿਹਾ ਗਿਆ ਅੱਗੋਂ حضرت ਹੂਦ ਲੈ ਸਲਾਮ ਉਹਨਾਂ ਦੇ ਪੁੱਤਰ ਹੋਏ ਜੀ ਅਰੜ ਕਿਲਾ ਹਰੀ ਦਾਦੂ ਦੇ ਵਿੱਚ 400 ਫੁੱਟ ਚਾ ਮੌਜੂਦ ਹੈ ਉਸੇ ਯਾਦ ਵਿੱਚ ਦੂਸਰਾ ਪੁੱਤਰ ਗੱਬਰ ਤੀਜਾ ਬੱਬਰ ਚੌਥਾ ਤਦੂਰ ਪੰਜਵਾਂ ਬਰਬਰਾ ਛੇਵਾਂ ਹੀਬ ਤੇ ਪੰਜਵਾਂ ਸਤਵਾਂ ਬੀ ਅਗੋ ਬਰਬਰਾ ਦਾ ਪੁੱਤਰ ਹੋਇਆ ਕਤਾਨਤ ਕਤਾਨਤ ਦਾ ਪੁੱਤਰ ਯਕਤਾਨਤ ਤੇ ਫਲਜ ਤੇ ਸਲਜ ਤੇ ਯਾਰਬ ਹੋਇ ਇਹ ਯਾਰਬ ਜਿਹੜਾ ਇਹਦੀ ਦਸਲ ਯਬਦ ਚਲੀ ਗਈ ਇਹਦਾ ਉੱਥੇ ਸਵਾਦਾ ਮੁਲਕ ਬਸਾਇਆ ਜੀ ਅਗੋ ਯਕਤਾਨਤ ਦਾ ਪੁੱਤਰ ਹੋਇਆ ਸ਼ਾਰੋਖ ਹੋਇ ਦਾ ਦੂਜਾ ਦਾ ਬੱਬਾ ਵੀ ਸੀ ਤੇ ਅੱਗੋ ਸ਼ਾਰਖ ਦਾ ਪੁੱਤਰ ਹੋਇਆ ਦਾਹੂਰ ਇਹ حضرت ਈਯੂਬ علیہ السلام ਦਾ ਹੀ ਦੂਜਾ ਦਾਦਾ ਸੀ ਜਿਹਦੇ ਮਲਤਾਨ ਦੇ ਬਾਦਸ਼ਾਹ ਵੀ ਸਨ ਤੇ ਰਸੂਲ ਵੀ ਸਨ ਉਹਦਾ ਦਾ ਬਾਜ਼ਾਰ ਜਿਹੜਾ ਮਲਤਾਨ ਦੇ ਵਿੱਚ ਬੂਹਰ ਗੇਟ ਦੇ ਅੰਦਰ ਵਾਰ ਕਰਕੇ ਬੜਿਆ ਹੋਇਆ حضرت ਈਯੂਬ علیہ السلام ਦੇ ਪੁੱਤਰ ਸ਼ੱਬਰ ਬਸ਼ਰ ਬਸ਼ਰ ਦਾ ਦੂਜਾ ਦਾ ਜ਼ੁਲਕਫਲ ਵੀ ਸੀ ਤੇ ਅੱਗੇ ਸ਼ਬੀਰ ਤੇ ਬਸ਼ੀਰ ਖਾਰਾਤ ਇਹ حضرت ਅਬਦ ਸਾਇਰਾ ਜਿਹੜੇ ਸਨ ਉਹਦੇ ਵਾਲਿ ਸਰ ਤੇ ਤਾਰੀਖ ਤਾਰਕ ਜਿਹੜੇ ਨੇ حضرت ਇਬਰਾਹੀਮ ਅਲੈ ਸਲਾਮ ਦੇ ਵਾਲਿਦ ਸਰ ਤੇ ਆਜ਼ਰ ਜਿਹਦਾ ਦੇ ਮਤਲਕ ਦੱਸਿਆ ਜਾਂਦਾ ਕੋ ਬੁੱਤ ਘੜਦੇ ਸਰ ਅੱਗੋਂ ਤਾਰਖ ਦੇ ਪੁੱਤਰ ਹੋਏ ਜੀ حضرت ਇਬਰਾਹੀਮ ਅਲੈ ਸਲਾਮ ਤੇ ਫਾਉਰ ਜਿਹੜੇ ਕੀਮ ਲੁਕਮਾਨ ਦੇ ਵਾਲਿਦ ਸਰ ਤੇ ਅਗਲਾ ਪੁੱਤਰ ਸੀ ਦਾਹੂਰ ਦਾਹੂਰ ਦੇ ਪੁੱਤਰ ਲਬਾਨ ਤੇ ਦੀਤੂਏਲ ਹੋਏ ਤੇ ਲਬਾਨ ਦੀਆਂ ਦੋ ਧੀਆਂ ਰਾਹੀਲ ਤੇ ਲਈਆ ਹੋਈਆਂ ਜਿਹੜੀਆਂ حضرت ਯਾਕੂਬ ਅਲੈ ਸਲਾਮ ਦੀਆਂ ਬੀਵੀ ਆ ਬੜੀਆ ਤੇ ਅਗਲਾ ਪੁੱਤਰ ਸੀ ਜਿਹੜਾ ਹਾਰਾਦ ਉਹਦਾ ਦਾ حضرت ਲੂਤ ਉਹਦੇ ਵਾਲਦ ਸੜ ਅੱਗੋਂ حضرت ਇਬਰਾਹੀਮ ਅਲੈਹਿਸਲਾਮ ਦੀਆਂ ਚਾਰ ਸਵਾਰੀਆਂ ਵਿੱਚੋਂ 13 ਪੁੱਤਰ ਤੇ ਦੋ ਧੀ ਆ ਹੋਈਆ ਵੱਡੀ ਬੀਵੀ ਸਾਇਰਾ ਸੀ حضرت ਸਾਾਕ ਅਲੈਹਿਸਲਾਮ ਉਹਦਾ ਜੋ ਹੈ ਜਿਹਦਾ ਨੂੰ ਅਗਰ ਸੀ ਬਗਵਾਦ ਹਿੰਦੀ ਦੇ ਵਿੱਚ ਆਖਿਆ ਗਿਆ ਦੂਜੀ ਤਰੀਬਤ ਜਿਹੜੀ ਆ ਹਾਜਰਾ ਅੱਬਾ ਹਾਜਰਾ ਦੇ ਵਿੱਚੋਂ حضرت ਇਸਮਾਈਲ ਅਲੈਹਿਸਲਾਮ ਹੋਏ ਤੀਜੀ ਸਵਾਰੀ ਜਿਹੜੀ ਸੀ ਅੱਬਾ ਕਤੂਰਾ ਵਿੱਚੋਂ 6 ਪੁੱਤਰ ਤੇ ਇੱਕ ਧੀ ਲਾਲੀਬਾਈ ਹੋਈ ਤੇ ਚੌਥੀ ਝਾਲ ਜਿਹੜੀ ਸੀ ਉਹਦਾ ਦੀ ਅੱਬਾ ਹਾਜੀਆ ਵਿੱਚੋਂ 5 ਪੁੱਤਰ ਤੇ ਇੱਕ ਧੀ ਲਬੂਦਾ ਬਾਈ ਹੋਈ ਅਗੂ حضرت ਇਸਮਾਈਲ ਅਸਲਾਮ ਦੀ ਤੇਜ ਸਵਾਰੀਆਂ ਵਿੱਚੋਂ ਔਲਾਦ ਬਸ ਬਜ਼ਾਕ ਦਾ ਦੀ ਸਵਾਰੀ ਵੱਲ 12 ਪੁੱਤਰ ਹੋਏ ਤੇ ਇੱਕ ਧੀ ਵਿਸਬਾ ਹੋਈ ਜਿਹੜੀ حضرت ਸਾਾਕਲਾ ਅਸਲਾਮ ਹੋਰਾਂ ਦੇ ਪੁੱਤਰ ਐ ਸੁਧਾਲ ਵਿਆਹੀ ਗਈ ਤੇ ਉਸ ਵਿੱਚੋਂ ਜਿਹੜਾ ਸਲਾਤੀ ਦੇ ਰੂਪ ਦਾ ਵਟਕਾ ਸੀ ਰੂਪ ਉਹ ਜੱਬਿਆ ਅੱਗੋ حضرت ਇਸਮਾਈਲ ਅਸਲਾਬੋਰਾ ਦੇ ਬਸ਼ਾਹੂਰ ਪੁੱਤਰ ਹੋਏ ਜੀ ਦਿਆਬੂਤ ਜਿਹਦਾ ਦੂਜਾ ਦਾ ਕਿਰਦ ਵੀ ਸੀ ਕਰਦ ਵੀ ਸੀ ਬਿਸ਼ਾ ਜਿਹਦੇ ਬਕਾਬਾਦ ਕੀਤਾ ਕੀਦਾਰ ਜਿਹੜੇ ਦੇ ਵਿਪਾਗ ਦੇ ਜਦੇਬ ਜਸੜ ਇਹ ਉਬੇਲ ਤੇ ਪਬੇਲ ਇਹ ਇਹਦਾ ਦੂਸਾ ਹਾਬੇ ਰਸ ਵੀ ਆਖਿਆ ਜਾਂਦਾ ਅੱਗੋ ਦਿਆਬੂਤ ਜਿਹੜਾ ਉਹਦਾ ਪੁੱਤਰ ਹੋਇਆ ਜੀ ਉਤਰੀ ਉਤਰੀ ਦਾ ਜਿਆਦਾ ਆਰਕੀਵ ਸੀ ਇਹ ਦਸ ਇਹ ਖਾਦਦ ਪਰਤ ਕੇ ਇਹ ਦਸਤਾਬੇਜ ਵਿੱਚ ਸਿੱਧ ਬਲਾਇਤ ਜੱਟ ਦੇਸ਼ ਦੇ ਵਿੱਚ ਆ ਗਿਆ ਸੀ ਇਹਦੇ ਤਿੰਨ ਪੁੱਤਰ ਹੋਏ ਪਹਿਲਾ ਸੀ ਬਰੂਤ ਜੀ ਦੀ ਦਸਲੋ ਜਬ ਗਦਦੀ ਤੇ ਪਰਸਰਾਪ ਹੋਇਆ ਜਿਹੜਾ ਛੇਵਾ ਜੀ ਦਾ ਅਵਤਾਰ ਸੀ ਤੇ ਅਗਲਾ ਪੁੱਤਰ ਹੋਇਆ ਦਰੀ ਜੀ ਦੀ ਦਸਲੋ ਸੂਰਜਪਤ ਜੀ ਦਾ ਵੱਡ ਬੱਜਾ ਤੇ ਅਗਲਾ ਪੁੱਤਰ ਸੀ ਚੰਦਰਬਾਰ ਜੀ ਦੇ ਜੀ ਦੀ ਦਸਲੋ ਚੰਦਰਬਦ ਸੀ ਜੱਟ ਖਾਦਦਾ ਦਾ ਵੱਡ ਬੱਜਾ ਬੁਰਕੇ ਦਰੀ ਦੇ ਪੁੱਤਰ ਹੋਏ ਜੀ ਸੂਰਜ ਸੂਰਜਪਤ ਸਿੰਘ ਕਬੀਲੇ ਦਾ ਇਥੋਂ ਬਾਕਾਇਦਾ ਬੋਟ ਵੱਜ ਗਿਆ ਤੇ ਅੱਗੋਂ ਸੂਰਜ ਦਾ ਪੁੱਤਰ ਕਸ਼ੇਪ ਤੇ ਕਸ਼ੇਪ ਦਾ ਕਿਰਦ ਕਿਰਦ ਦਾ ਫੇਰ ਕਸ਼ੇਪ ਤੇ ਕਸ਼ੇਪ ਦਾ ਹੋਇਆ ਦਿਉਲ ਦਿਉਲ ਵੱਲ ਦਿਉਲ ਦੇ ਵੱਲ ਦੋ ਪੁੱਤਰ ਹੋਏ ਬੱਦੂ ਜਿਹਦੀ ਦਸਲੋ ਰਾਮ ਜਿੱਧਰ ਜੀ ਦਾ سلسلہ ਸ਼ੁਰੂ ਹੋਇਆ ਤੇ ਦੂਜਾ ਪੁੱਤਰ ਸੀ ਵੱਛਾ ਅੱਗੋ ਵਛਾ ਦਾ ਪੁੱਤਰ ਹੋਇਆ ਜੀ ਕਛਵਾ ਤੇ ਕਛੂਏ ਦਾ ਪੁੱਤਰ ਹੋਇਆ ਬੁੱਧ ਤੇ ਬੁੱਧ ਦਾ ਸ਼ਿਸ਼ਪਾਲ ਸ਼ਿਸ਼ਪਾਲ ਦਾ ਹਫਜ਼ਾ ਚਾਲਕ ਤੇ ਹਫਜ਼ਾ ਚਾਲਕ ਦਾ ਆਦੂ ਚਾਲਕ ਆਦੂ ਚਾਲਕ ਦਾ ਦਿਰਬਲ ਚਾਲਕ ਜੀ ਦਿਰਬਲ ਚਾਲਕ ਦਾ ਦਰਾਸ਼ਦਰ ਚਾਲਕ ਦਰਾਸ਼ਦਰ ਚਾਲਕ ਦਾ ਮਹਿੰਦਰ ਚਾਲਕ ਤੇ ਅੱਗੋ ਫਿਰ ਬਾਸ ਚਾਲਕ ਤੇ ਬਾਸ ਚਾਲਕ ਦਾ ਹੋਇਆ ਮਾਲਕੂ ਚਾਲਕ ਤੇ ਮਾਲਕੂ ਚਾਲਕ ਦਾ ਸੂਰਜ ਚਾਲਕ ਸੂਰਜ ਚਾਲਕ ਦਾ ਲੀਲਾ ਚਾਲਕ ਲੀਲਾ ਚਾਲਕ ਦਾ ਅਬਰਤ ਚਾਲਕ ਅਬਰਤ ਚਾਲਕ ਦਾ ਗਿਆਨ ਚਾਲਕ ਗਿਆਨ ਚਾਲਕ ਦਾ ਪੁੱਤਰ ਅਬਰਬਲ ਅਬਰਬਲ ਦਾ ਪੁੱਤਰ ਗੁਲਾਬ ਚਾਲਕ ਤੇ ਗੁਲਾਬ ਚਾਲਕ ਦਾ ਹਸ਼ਮਤ ਚਾਲਕ ਹਸ਼ਮਤ ਚਾਲਕ ਦਾ ਪੁੱਤਰ ਪੂਰਾ ਚਾਲਕ ਤੇ ਪੂਰਾ ਚਾਲਕ ਦਾ ਪੁੱਤਰ ਜ਼ਬਰਬਲ ਜ਼ਬਰਬਲ ਦਾ ਪੁੱਤਰ ਅਭਸਰਾ ਆਜ ਅਭਸਰਾ ਆਜ ਦਾ ਪੁੱਤਰ ਭੋਜ ਰਾਜ ਭੋਜ ਰਾਜ ਦਾ ਪੁੱਤਰ ਸੂਰਜ ਬੁਖੀ ਰਾਜ ਤੇ ਸੂਰਜ ਬੁਖੀ ਰਾਜ ਦਾ ਕਿਰਦ ਰਾਜ ਕਿਰਦਰਾਜ ਦਾ ਪੁੱਤਰ ਚੱਦਰਸੀਦ ਤੇ ਚੱਦਰਸੀਦ ਦਾ ਪੁੱਤਰ ਗਵਾਸਗ ਸੀਦ ਗਵਾਸਗ ਦਾ ਪੁੱਤਰ ਕਵਾਸਗ ਸੀਦ ਤੇ ਕਵਾਸਗ ਸੀਦ ਦਾ ਪੁੱਤਰ ਬਾਲਦਾ ਸੀਦ ਤੇ ਬਾਲਦਾ ਸੀਦ ਦਾ ਪੁੱਤਰ ਦੂਦੇਸ਼ੀ ਰਾਜ ਤੇ ਦੂਦੇਸ਼ੀ ਰਾਜ ਦਾ ਰੂਦੇਸ਼ੀ ਰਾਜ ਤੇ ਰੂਦੇਸ਼ੀ ਰਾਜ ਦਾ ਹਫਸਾ ਸੀਦ ਤੇ ਹਫਸਾ ਸੀਦ ਦਾ ਪੁੱਤਰ ਬੂਲ ਰਾਜ ਬੂਲ ਰਾਜ ਦੇ ਪੁੱਤਰ ਵਜੀ ਰਾਤ ਚਾਲਕ ਰਾਤ ਚਦੀਰ ਰਾਉ ਦੀਰ ਰਾਪਦੀਰ ਰਾਤ ਸੁਦੀਰ ਰਾਉ ਰੋਦੀਰ ਰਾ ਪਤਵਾਰ ਰਾ ਪਾਟਿਆ ਰਾ ਗੋਰਜਰ ਤੇ ਰਾ ਚਲੋਕ ਜਿਹਦਾ ਦੂਜਾ ਦਾਸ ਲੱਗੀ ਸੀ ਤੇ ਰਾ ਪਰਬਾਰ ਰਾ ਪ੍ਰਿਹਾਰ ਜਿਹਦਾ ਦੂਜਾ ਦਾ ਪਿਹਾਰ ਵੀ ਸੀ ਤੇ ਰਾ ਜਾਹੂ ਬਾਰਗੀ ਦਾ ਦੂਜਾ ਦਾ ਚੋਹੜ ਸੀ ਤੇਤੀਆ ਹੋਈਆ ਬੋਬਲ ਤੇ ਵੀ ਸੁਖਰਦੇਵੀ ਸਰਲਦੇਵੀ ਤੇ ਛਪੜਦੇਵੀ ਅਗੋਰਾ ਚਾਲਕ ਦੇ ਪੁੱਤਰ ਹੋਏ ਰਾਸ ਸੋਤਰਕ ਰਾਸ ਸਧਿਆਲੀ ਰਾਸ ਸੱਦਲੀ ਰਾਸ ਉਡਾੜਾ ਤੇਤੀਆ ਹੋਈਆ ਪਦਬੜੀ ਬਾਈ ਤੇ ਸੁਦਰੀ ਬਾਈ ਮੁਰਗੇ ਰਾਸ ਸੋਤਰਕ ਜਿਹੜੇ ਸਰ ਉਹਦਾ ਤਾਂ ਪੁੱਤਰ ਹੋਇਆ ਸਰੋਰਾ ਸਰੋਆ ਰਾਜ ਬੱਬਾ ਰਾਜ ਰਾ ਪਸਦੀ ਇਹਦਾ ਪੁਰਸ਼ੀ ਵੀ ਦਾ ਸੀ ਤੇ ਰਾ ਬਪਾਇਆ ਤੇ ਰਾ ਸਾਇਰੋ ਸਾਇਰੋ ਰਾਜ ਤੇ ਤੀਓ ਯਾ ਸੋਸ਼ਲ ਦੇਵੀ ਤੇ ਸਵਰਧਨ ਦੇਵੀ ਮੁਰਕੇ ਸਰੋਇਆ ਦੇ ਪੁੱਤਰ ਹੋਏ ਬਲਰਾਜ ਬੱਲੀ ਬਲਰਾਏ ਬੱਲੀ ਤੇ ਸੂਦਰ ਕਸ ਬਾਗੜ ਰਾਏ ਤੇ ਗੁਰਾਇਆ ਰਾਤ ਟਿੱਲੂ ਰਾਤ ਤਿੱਤਰ ਰਾਤ ਛਿੱਤਰ ਰਾਤ ਸਾਧਾ ਰਾ ਸਿਆੜ ਰਾ ਬਡਗਾਮ ਰਾ ਸੋਝਲਾ ਰਾ ਬੁੱਗਰ ਰਾ ਡਹਿਲ ਰਾ ਹਜਰਾ ਦਸਜਰਾ ਇਹਦਾ ਦੂਜੇ ਦਾ ਕਟੋਜ ਵੀ ਸੀ ਜਾਬ ਰਾ ਦਦ ਰਾ ਚੌਦ ਰਾ ਤੇ ਗਤਵਾਲ ਰਾ ਕਿਉੜਾ ਬੁੱਢੜਾ ਗੇਲੂ ਰਾ ਸਸੀ ਰਾ ਸੋਹੜਾ ਰਾ ਸੋਲਾ ਰਾ ਤੇ ਕਜਲਾ ਰਾ ਤੇ ਧੀਆ ਹੋਇਆ ਬੋਰੀ ਦੇਵੀ ਸ਼ਾਸਤਰੀ ਦੇਵੀ ਲਖੜ ਦੇਵੀ ਤੇ ਗੱਗਾ ਦੇਵੀ ਅੱਗੋ ਸਰੋਇਆ ਦੇ ਪੁੱਤਰ ਸੂਦਰ ਕਾਸ ਜਿਹਦਾ ਦੂਜਾ ਦਾ ਸੂਦਰ ਕਾਸ ਵੀ ਸੀ ਉਹਦੇ ਘਰ ਪੁੱਤਰ ਹੋਏ ਗਾਦਰਾ ਇਹ ਗਾਦੜੀ ਜੱਟਾਂ ਦਾ ਕਬੀਲਾ ਗੋਲਕਰਾ ਕੇਸ਼ਰੀਵਾਲ ਰਾ ਉਪਲ ਰਾ ਜੂਗਲ ਰਾ ਬਦੇ ਛਾਰਾ ਖਾਰਾ ਰਾ ਲੋਗੋਵਾਲ ਰਾ ਗਿਰੇਵਾਲ ਰਾ ਬੇਦੀ ਰਾ ਅਗਰਵਾਲ ਰਾ ਤੇ ਸੁਵੀਤਰਾ ਰਾ ਮੁੜ ਕੇ ਉਪਲ ਦੇ ਘਰ ਪੁੱਤਰ ਹੋਏ ਜੀ ਉਹ ਪੇਲ ਉਹ ਬੇਲ ਪਾ ਬੇਲ ਉਹ ਬੇਲਾ ਐਦੂਇਲ ਪਾਇਲ ਤੇ ਪਹਾਈ ਤੋਂ ਇਹ ਪਿਆਰਿਓ ਸੀ ਉਪਲ ਜੱਟ ਕਬੀਲਾ ਦਾ ਵੇਰਵਾ ਜਿਹੜਾ ਤੁਹਾਡੇ ਦਾ ਸਾਜਿਆ ਕੀਤਾ ਇਹਦੇ ਨਾਲ ਹੀ ਸਾਧ ਬਾਜਵਾ ਨੂੰ ਬਾਬਾ ਬਾਜਵਾ ਚੈਦਲ ਤੋਂ ਇਜਾਜ਼ਤ ਦਿਓ ਅ ਜੂਦੇ ਵਾਸਤੇ ਰੋ ਤੁਹਾਡੇ ਦਾ ਬਿਲਦੇ ਆ ਇਸੇ سلسلے ਦੀ ਕਿਸੇ ਅਗਲੀ ਵੀਡੀਓ ਚ